चीजा जी माशाल्लाह काफी करना चाहिए। इतने सारे पेटे ला के रख लेने गे मैं बाहर रख के पैदल आएगा ते भाई रिक्शा ने बुला लिया है समान ते इथों ना असनैन उन्होंने बैग भी खरीद लेने किताबा नहीं खरीदन लगे क्योंकि भाई ते अबू जान ही अदर बैठे ना अबू जान ना सोच मैं ले आया इन्हें फ्रीजर चला लिए के ते माशाल्लाह फ्रीजर के अंदर ही सारी चीजा जे ना जोड़िया गई नहीं इधर छोटा जा बेल आइकन का बटन होना नहीं दबा के आल ते कर लो साडे आने वाले व्लॉग ने बासानी ताडे तक पहुंच सकन। ਤੇ ਅੱਜ ਅਸੀਂ ਜਾਵਣ ਲੱਗੇ ਆਂਗੇ ਸ਼ਹਿਰ ਸ਼ਹਿਰੋਂ ਚੱਲ ਕੇ ਨਾ ਕੋਈ ਸ਼ੌਪ ਦਾ ਸਮਾਨ ਲੈਣਾ ਹੈਗਾ ਤੇ ਕੋਈ ਸ਼ੋਪਿੰਗ ਹੀ ਕਰ ਆਣੀ ਹੈ ਇਨਸ਼ਾਅੱਲਾ ਤਾਲਾ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਕਿਉਂਕਿ ਸਨੈਨ ਹੋਰਾਂ ਸਕੂਲ ਦੇ ਬੈਗ ਵਰਦੀਆਂ ਦੇ ਨਾਲ ਕਿਤਾਬਾਂ ਵੀ ਖਰੀਦ ਕੇ ਲੈਣੀਆਂ ਨੇ ਕਿਉਂਕਿ ਅੱਗੇ ਗੌਰਮੈਂਟ ਸਕੂਲਾਂ 'ਚ ਕਿਤਾਬਾਂ ਜਿਹੜੀਆਂ ਨਾ ਫ੍ਰੀ 'ਚ ਮਿਲਦੀਆਂ ਹੁੰਦੀਆਂ ਸੀ ਲੇਕਿਨ ਉਹ ਵੀ ਉਹਨਾਂ ਨੇ ਉਹਨਾਂ ਕਿਹਾ ਇਸ ਸਾਲ ਬਜਟ ਪਾਸ ਵਗੈਰਾ ਨਹੀਂ ਹੋਇਆ ਹੈਗਾ ਜਿਸ ਵਜ੍ਹਾ ਤੋਂ ਨਾ ਬੱਚਿਆਂ ਨੂੰ ਮੁੱਲ ਲੈਣੀਆਂ ਪੈਣੀਆਂ ਨੇਗੀਆਂ ਲੇਕਿਨ ਚੱਲਨੇ ਆਗੇ ਇਨਸ਼ਾਅੱਲਾ ਚੱਲ ਕੇ ਦੇਖਣੇ ਆ ਜਿਹੜੀ ਇਹ ਚੀਜ਼ਾਂ ਲਿਆ ਸਕਨੇ ਉਹ ਤਾਂ ਲੈਣੇ ਆ ਨਾ ਫਿਰ ਜਿਹੜੀ ਚੀਜ਼ਾਂ ਰਹਿ ਗਈਆਂ ਨੇ ਸਕੂਲ ਦੀਆਂ ਇਨਸ਼ਾਅੱਲਾ ਤਾਲਾ ਅਗਲੇ ਹਫਤੇ ਤੱਕ ਪੂਰੀਆਂ ਕਰਾਂਗੇ। ਉਹਨੂੰ ਛੁੱਟੀ ਕੀਤੀ ਇਸੇ ਵਜ੍ਹਾ ਤੋਂ ਕਿ ਉਹਨਾਂ ਕੋਲ ਨਾ ਕਿਤਾਬਾਂ ਨਹੀਂ ਹੈਗੀਆਂ ਕਿਉਂਕਿ ਉਸਤਾਦ ਜਿਹੜੇ ਨੇ ਵੀ ਕਾਫੀ ਸਖਤੀ ਕਰ ਰਹੇ ਨੇਗੇ ਉਹਨਾਂ ਨੇ ਅੱਜ ਇਹਨਾਂ ਨੂੰ ਕਿਹਾ ਸੀਗਾ ਕਿ ਹਰ ਹਾਲਤ ਤੁਸੀਂ ਕਿਤਾਬਾਂ ਲੈ ਕੇ ਆਣੀਆਂ ਨਹੀਂ ਤਾਂ ਸਕੂਲ ਨਹੀਂ ਆਉਣਾ ਹੈਗਾ ਲੇਕਿਨ ਚੱਲਿਆ ਚੱਲ ਕੇ ਸ਼ਹਿਰੋਂ ਜਿਹੜੇ ਨੇ ਖਰੀਦ ਕੇ ਲੈਣ ਨੇ ਕਿਤਾਬਾਂ ਵੀ ਇਹਨਾਂ ਦੀ ਬੈਗ ਵਗੈਰਾ ਵੀ ਤੇ ਇੱਥੇ ਹੀ ਬਹਿ ਕੇ ਜਿਹੜੇ ਨਾਲ ਖੇਲਣ ਲੱਗੇ ਹੋਏ ਨੇਗੇ। ਇਹ ਕੀ ਚੀਜ਼ ਹੈ ਹੈ ਇਹ ਟੈਬ ਨਹੀਂ ਆ ਟੈਬ ਨਹੀਂ ਉਹ ਅੱਛਾ ਹੈ ਹੁੰਦਾ ਜਿਹੜਾ ਮਿਟ ਜਾਂਦਾ ਹੁੰਦਾ ਉਹ ਤੋਂ ਮਿਟਾਇਆ ਜਾ ਸਕਦਾ ਜਿਹੜਾ ਕੁਛ ਲਿਖੋ ਨਾ ਮਿਟਾਇਆ ਵੀ ਜਾ ਸਕਦਾ ਹੈਗਾ। ਇੱਥੇ ਬਟਨ ਲੱਗਿਆ ਹੋਇਆ ਇਹਨੂੰ ਇਹ ਕੀ ਹੈ ਚਾਰਜ ਵਗੈਰਾ ਤਾਂ ਨਹੀਂ ਹੁੰਦਾ ਹੈ ਨਹੀਂ ਵੈਸੇ ਬਣਿਆ ਹੋਇਆ ਇਹਦਾ ਚਲੋ ਸਹੀ ਹੈ ਖੇਲੋ ਬਹਿ ਕੇ। ਬਾਕੀ ਰਾਤ ਨੂੰ ਨਾ ਕਾਫੀ ਸਾਫ਼ ਸਫਾਈ ਕਰਦੀ ਕੀਤੀ ਸੀ ਅਦਲਾ ਜਿਹਾ ਸਮਾਨ ਸੀਗਾ ਉਹ ਸਾਰਾ ਚੱਕ ਕੇ ਇਸ ਰੂਮ ਦੇ ਅੰਦਰ ਸ਼ਿਫਟ ਕਰਤਾ ਆ ਗਿਆ ਤੇ ਇਹਦੇ ਅੰਦਰ ਸੈਟਿੰਗ ਤਾਂ ਬਹੁਤ ਪਿਆਰੀ ਹੋ ਗਈ ਲੇਕਿਨ ਹਾਲੀ ਤਾਂ ਕਹਿੰਦੀ ਨਾ ਵਿੰਡੋ ਲੱਗਣ ਵਾਲੀ ਇਹ ਵਿੰਡੋ ਇਹਦੇ ਲਗਵਾਵਾਂਗੇ ਮੁਕੰਮਲ ਜਿਹੜੀ ਅੰਦਰ ਰੂਮ ਦੀ ਸੈਟਿੰਗ ਹੋਏਗੀ। ਬਾਕੀ ਘਰ ਦੀ ਸਾਫ਼ ਸਫਾਈ ਸੀ ਦੇਖੋ ਕਿੰਨੀ ਆਇਸ਼ਾ ਨੇ ਕਰਤੀ ਬਿਲਕੁਲ ਸਫਾਈ ਹੈਗੀ ਤੇ ਕਲੀਨ ਇੱਥੇ ਜਿਹੜਾ ਨਾ ਵਿਸ਼ਾਰ ਤੋਂ ਆਇਆ ਹੈਗਾ। ਬਾਕੀ ਬਾਹਰ ਚੱਲਣਾ ਹੈਗੇ ਸ਼ੋਪ 'ਤੇ ਹਾਲੇ ਤੱਕ ਨਾ ਸਬਜ਼ੀ ਵਗੈਰਾ ਬਾਹਰ ਮੈਂ ਨਹੀਂ ਲਾਈ ਨਾ ਹੀ ਉਹ ਕੋਈ ਬਾਹਰ ਫੱਟੇ ਵਗੈਰਾ ਕੱਢੇ ਨੇਗੇ ਕਿਉਂਕਿ ਸ਼ਹਿਰ ਜਾਣਾ ਨਾ ਦੁਕਾਨ ਜਿਹੜੀ ਹੈਗੀ ਕਲੋਜ਼ ਕਰਕੇ ਉਸ ਤੋਂ ਬਾਅਦ ਜਾਵਾਂਗੇ। ਅੱਬੂ ਜਾਨ ਦੀ ਤਬੀਅਤ ਖਰਾਬ ਹੈ ਅੰਦਰ ਹੀ ਬੈਠੇ ਨੇਗੇ ਲੇਕਿਨ ਉਹਨਾਂ ਕੋਲ ਬਾਹਰ ਸ਼ੋਪ 'ਤੇ ਬੈਠਿਆ ਹੀ ਜਾਂਦਾ ਬੱਚੇ ਉਹਨਾਂ ਨੂੰ ਤੰਗ ਬਹੁਤ ਜ਼ਿਆਦਾ ਕਰਦੇ ਨੇਗੇ ਉਹਨਾਂ ਬਿਹਤਰ ਇਹੀ ਹੈ ਬਸ ਅਸੀਂ ਹੁਣੇ ਸ਼ਹਿਰ ਹੋ ਕੇ ਆ ਜਾਣਾ ਹੈਗਾ ਸਾਰੀਆਂ ਚੀਜ਼ਾਂ ਖਰੀਦ ਲਿਆਉਂਦੇ ਆਗੇ ਤੇ ਇਨਸ਼ਾਅੱਲਾ ਤਾਲਾ ਫਿਰ ਦਮ ਦਿਖਾਉਂਦੇ ਜਾਵਾਂਗੇ ਸਟੈਪ ਬਾਏ ਸਟੈਪ ਸਾਰੀਆਂ ਚੀਜ਼ਾਂ ਖਰੀਦ। ਜੰਮੀ ਜਾਨ ਕੋਲ ਨੇ ਕਿ ਇੱਥੇ ਆਂਟੀ ਆ ਗਏ ਸੂਟ ਵਗੈਰਾ ਜੇ ਇੰਨਾ ਪਸੰਦ ਕਰਦੀ ਹੈ ਕੋਲ ਵਿਕਿਆ ਵੀ ਹੈ ਕਿ ਨਹੀਂ ਬੋਤਲਾਂ ਲੈਣੇ ਆਗੇ ਤੇ ਬਾਕੀ ਸ਼ੋਪਿੰਗ ਵਗੈਰਾ ਕਰਨੀ ਉਹ ਵੀ ਕਰ ਲੈਣੇ ਆਗੇ ਕਿਉਂਕਿ ਤੁਸੀਂ ਯਾਦ ਰੱਖਣਾ ਹਰ ਹਾਲਾਤ ਵਿੱਚ। ਅੰਮੀ ਜਾਨ ਮੈਂ ਬੋਲ ਵੀ ਜਾਵਾਂ ਤਾਂ ਆਪਾਂ ਫ੍ਰੀਜ਼ਰ ਦਾ ਨਾ ਸੋਚ ਲੈਣਾ ਜਿਹੜਾ ਇਹਨੂੰ ਇਹਨੂੰ ਅੱਗੋਂ ਡਬਲ ਕਰ ਦੇਵੇ ਤਿੰਨ ਨੇ ਨਾ ਉਹ ਦੋ ਕਰ ਦੇਵੇਗਾ ਉਹਨੂੰ ਕਹਿੰਦੇ ਤਿੰਨ ਸੁੱਚਾ ਕਿਵੇਂ ਕੋਈ ਕਹਿੰਦੇ ਨੇ ਬੋਰਡ ਹੀ ਲੈ ਆਈਏ ਹਾਂ ਚਲੋ ਠੀਕ ਹੈ ਜੇ ਫੋਟੋ ਖਿੱਚ ਲਵਾਂਗੇ ਜਿਵੇਂ ਬੁਲਾਈ ਦੇ ਵਿੱਚ ਹੈਗਾ ਇਹਦੇ ਫਿਰ ਸਾਈਜ਼ ਦਾ ਜਿਹੜਾ ਬੋਰਡ ਲੈਣੇ ਉਹ ਹੀ ਚਲੋ ਚੇਂਜ ਕਰਾ ਲੈ ਇਹਦੀ ਜਗ੍ਹਾ 'ਤੇ ਨਾ ਇੱਥੇ ਫਿਰ ਬੋਰਡ ਲੱਗ ਜਾਵੇਗਾ ਉਹ ਹੀ ਠੀਕ ਹੈਗਾ ਅਤੇ ਫਰੀਜ਼ਰ ਜਿਹੜਾ ਨਾ ਹਰ ਹਾਲਤ 'ਚ ਇਨਸ਼ਾਅੱਲਾ ਤਾਲਾ ਅੱਜ ਚਲਾਵਾਂਗੇ ਅਤੇ ਫਰੀਜ਼ਰ ਚਲਾ ਕੇ ਕਹਿੰਦੇ ਬੋਤਲਾਂ ਠੰਡੀਆਂ ਕਰਕੇ ਵੇਚਾਂਗੇ ਕਿਉਂਕਿ ਹੁਣ ਗਰਮੀਆਂ ਆ ਗਈਆਂ ਨੇਗੀਆਂ ਅਤੇ ਗਾਹਕਾਂ ਦੀ ਡਿਮਾਂਡ ਆਉਂਦੀ ਠੰਡੀ ਬੋਤਲ ਹੋਣੀ ਚਾਹੀਦੀ ਹੈਗੀ ਹੁਣ ਠੰਡੀਆਂ ਇਨਸ਼ਾਅੱਲਾ ਤਾਲਾ ਬੋਤਲਾਂ ਜੇ ਸੇਲ ਕੀਤੇ ਕਰਾਂਗੇ ਮਾਸ਼ਾਅੱਲਾ ਦੇਖੋ ਸਾਹਮਣੇ ਹਰਿਆਲੀ ਹਰਿਆਲੀ ਹੈਗੀ ਅਤੇ ਗੰਦਮ ਤਾਂ ਦੂਰੋਂ ਹੀ ਰੰਗ ਜਿਹੜਾ ਨਾ ਸਿਆਪ ਜਾਂਦਾ ਹੈ ਕਿ ਬਸ ਪੱਕਣ ਨੂੰ ਰੈਡੀ ਹੈਗੀ ਗੰਦਮ ਜਿਹੜੀ ਹੈ ਨਾ ਕੁਛ ਦਿਨਾਂ 'ਤੇ ਇਨਸ਼ਾਅੱਲਾ ਤਾਲਾ ਅਸੀਂ ਦੇਖੋਗੇ ਬਿਲਕੁਲ ਬਰਾਊਨ ਬਰਾਊਨ ਹੋ ਜਾਣੀ ਹੈਗੀ ਆ ਜਗ੍ਹਾ ਸਾਰੀ ਅਤੇ ਹਾਲੇ ਤੱਕ ਵੈਸੇ ਜਿਹੜੇ ਨਾ ਗੱਡੇ ਹੋਣ ਉਹਨਾਂ ਛਤਾਲੇ ਵਗੈਰਾ ਇਹ ਬੜੇ ਹਰੇ ਭਰੇ ਖੜ੍ਹੇ ਨੇਗੇ ਅਤੇ ਗਰਮੀ ਇਤਨੀ ਜ਼ਿਆਦਾ ਹੈ ਦੇਖੋ ਬਾਹਰ ਗਲੀ 'ਚ ਕੋਈ ਨਜ਼ਰ ਨਹੀਂ ਆ ਰਿਹਾ ਹੈਗਾ ਤੋੜ ਤੱਕ ਹਾਲੇ ਤੱਕ ਤਾਂ ਸਮਝ ਲਓ ਟਾਈਮ ਹੀ ਨਹੀਂ ਇੰਨਾ ਹੋਇਆ 11 ਵਜੇ ਨੇਗੇ ਜਦੋਂ 1 ਵਜਦਾ ਨਾ ਦੁਪਹਿਰ ਦਾ ਉਦੋਂ ਇੱਥੇ ਪਿੰਡ ਕੋਈ ਵੀ ਨਹੀਂ ਨਿਕਲਦਾ ਬਾਹਰ ਗਲੀ ਜਿਵੇਂ ਰਾਤ ਨੂੰ ਨਹੀਂ ਕੋਈ ਹੁੰਦਾ ਹੈਗਾ ਉਦੋਂ ਮਾਸ਼ਾਅੱਲਾ ਦੇਖੋ ਕਿਤਨੇ ਪਿਆਰੇ ਪਿਆਰੇ ਜਿਹੇ ਇੰਨੇ ਡੋਡੀਆਂ ਲੱਗ ਰਹੀਆਂ ਨੇ ਆਪਣੇ ਅਨਾਰ 'ਤੇ
ਤੇ ਬਸ ਦੁਆ ਕਰਦੇ ਰਹੇ ਕਰੋ ਅੱਲਾ ਪਾਕ ਇਹਨੂੰ ਬਦ ਨਜ਼ਰ ਤੋਂ ਬਚਾਵੇ ਤੇ ਆਪਾਂ ਜਿਹੜੇ ਨੇ ਅਨਾਰ ਇਨਸ਼ਾਅੱਲਾ ਤਾਲਾ ਘਰੇ ਖਾਣੇ ਚਲੇ ਮਾਈ ਧੁੱਪ ਚੜਦੀ ਪਈ ਤਾਂ ਆਪਾਂ ਆਟਾ ਵੀ ਲੈਣ ਆਟਾ ਖਤਮ ਹੋਇਆ ਆਟਾ ਵੀ ਖਤਮ ਹੈ ਆਟਾ ਵੀ ਲੈਣ ਆਇਆ ਚਲੋ ਠੀਕ ਆ ਚਲੋ ਵੀ ਲੈਣ ਜਾਣੀ ਹੈ ਸਿਲੰਡਰ ਵੀ ਬਰਾਣਾ ਹੈਗਾ ਸਿਲੰਡਰ ਵੀ ਚੁੱਕ ਲੈ ਸਿਲੰਡਰ ਫਿਰ ਆਟਾ ਉਦੋਂ ਕਿਵੇਂ ਲੈ ਆਵਾਂਗੇ ਤੇ ਬੋਤਲਾਂ ਵੀ ਲੈ ਆਣੀਆਂ ਨੇ ਜੀ ਅੰਮੀ ਜਾਨ ਫਿਰ ਤਿੰਨ ਚਾਰ ਚੱਕਰ ਲਾਣੇ ਪੈਣ ਸ਼ਾਇਦ ਤਾਂ ਜਾਂ ਫਿਰ ਰਕਸ਼ੇ 'ਚ ਰੱਖ ਲਵਾਂਗੇ ਹਾਂ ਇਧਰ ਲੈ ਚੱਲਣਾ ਸਿਲੰਡਰ ਉਦੋਂ ਆਟਾ ਵੀ ਰੱਖ ਲਵਾਂਗੇ ਬੋਤਲਾਂ ਹੀ ਚਲੋ ਕਿਰਾਇਆ ਪੈ ਜਾਵੇਗਾ ਤੇ 100 ਰੁਪਏ ਹਾਂ ਉਹ ਆਪਾਂ ਲੈ ਆਵਾਂਗੇ ਖਰੀਦ ਕੇ ਐਵੇਂ ਚੱਲ ਪਹਿਲੇ ਚੱਲ ਕੇ ਆਪਾਂ ਬੈਗ ਤੇ ਵਰਦੀਆਂ ਖਰੀਦਣੀਆਂ ਨੇ ਖਰੀਦ ਕੇ ਉਸ ਤੋਂ ਬਾਅਦ ਫਿਰ ਰਿਲੈਕਸ ਹੋ ਕੇ ਬਾਕੀ ਯਾਰ ਨਾ ਸਮਾਨ ਲੈ ਆਵਾਂ ਤੇ ਉਂਝ ਫਿਰ ਸ਼ੋਪ ਜਿਹੜੀ ਕਲੋਜ਼ ਕਰਨੇ ਆ ਗਏ ਤੇ ਉਧਰ ਨਾ ਸਿਲੰਡਰ ਖਾਲੀ ਪਿਆ ਹੈਗਾ ਉਹ ਵੀ ਚੱਲ ਕੇ ਚੱਕ ਲੈਣਾ ਆ ਗਿਆ ਤੇ ਬਸ ਨਿਕਲਨੇ ਆ ਚੱਲ ਕੇ ਨਾ ਸਿਲੰਡਰ ਹੀ ਬਰਾ ਲੈਣੇ ਆ ਬਾਕੀ ਇਹ ਕੰਮ ਨੇ ਹੋਈ ਇਨਸ਼ਾਅੱਲਾ ਤਾਲਾ ਕਰ ਆਨੇ ਆ ਤੇ ਸਿਲੰਡਰ ਜੀ ਇਹ ਪਿਆ ਹੋਇਆਗਾ ਦਰਅਸਲ ਲੈਂਦਾ ਗੈਸ ਖਤਮ ਹੋ ਗਿਆ ਸੀ ਜਿਸ ਵਜ੍ਹਾ ਤੋਂ ਨਾ ਹਟ ਕੇ ਫਿਰ ਮੋੜਾ ਸਮੋਸੇ ਦੀ ਤਲਾਈ ਨਹੀਂ ਕਰ ਪਾਏ ਹਾਂਗੇ ਬਾਕੀ ਘਰ ਦੀ ਸਾਫ਼ ਸਫਾਈ ਹੋਈ ਸੀ ਨੀਟ ਐਂਡ ਕਲੀਨ ਹੋਇਆ ਪਿਆ ਘਰ ਮਾਸ਼ਾਅੱਲਾ ਮੈਂ ਜਾਂ ਨਿਕਲੀ ਆ ਗਿਆ ਆ ਪਿਆ ਹੈਗਾ ਸਿਲੰਡਰ ਚਲੋ ਬਾਕੀ ਇੱਥੋਂ ਨਿਕਲ ਪਏ ਹਾਂਗੇ ਤੇ ਸ਼ੋਰਟਕੱਟ ਰਸਤੇ ਲੈ ਦੋ ਨਾ ਕੱਚੇ ਰਸਤੇ ਲੈ ਜਾ ਰਹੇ ਹਾਂਗੇ ਲੇਕਿਨ ਗਰਮੀ ਬਹੁਤ ਜ਼ਿਆਦਾ ਇੱਧਰ ਤਾਂ ਮਾੜੀ ਮੋਟੀ ਗੁਆਵਾ ਲੱਗ ਰਹੀ ਅਗਰ ਰੋਡ ਤੇ ਜਾ ਰਹੇ ਹੁੰਦੇ ਨੇ ਤਾਂ ਗਰਮੀ ਨਾਲ ਹਾਲਤ ਹੀ ਖਰਾਬ ਹੋ ਜਾਣੀ ਹੈ ਇਸ ਵਜ੍ਹਾ ਜ਼ਿਆਦਾਤਰ ਜਿਹੜਾ ਨਾ ਮੈਂ ਕੱਚੇ ਰਸਤੇ ਲਾਉਂਦਾ ਹੁੰਦਾ ਕਿਉਂਕਿ ਇੱਧਰ ਨਾ ਦਰਖਤ ਵਗੈਰਾ ਹੁੰਦੇ ਨੇ ਠੰਡੀ ਹਵਾ ਲੱਗਦੀ ਹੈਗੀ ਤੇ ਇੱਥੇ ਚੌਂਕ ਤੇ ਹੀ ਆ ਗਏ ਹਾਂਗੇ ਪਹਿਲੇ ਤਾਂ ਸਿਲੰਡਰ ਦੇ ਦਈਏ 3200 ਦਾ ਚੱਲ 2000 ਦਾ ਫਿਰ ਕਰ ਦਿਓ 3200 ਦਾ ਫੁੱਲ ਹੋਣਾ 2000 ਦਾ ਬੜਾ 2000 ਦਾ ਕਰ ਦੇ ਤੇ ਇੱਥੇ ਅੱਗੇ ਸ਼ਹਿਰ ਵੀ ਆ ਗਏ ਇੱਥੇ ਚੱਕੀ ਵਾਲਿਆਂ ਨੂੰ ਆਟਾ ਵੀ ਕਹਿ ਦਿੰਦੇ ਆ ਬਣਾ ਕੇ ਰੱਖਣਗੇ ਬਾਕੀ ਤੇ ਚੱਕੀ ਵਾਲਿਆਂ ਨੂੰ ਆਟੇ ਦਾ ਕਹਿੰਦਾ ਹੈਗਾ ਵਾਪਸੀ ਦੇ ਜਿਹੜੇ ਨਾ ਆਟਾ ਹੀ ਚੱਕ ਲੈਣੇ ਆਗੇ ਹੁਣ ਫਿਰ ਚੱਲਣੇ ਆ ਚੱਲ ਕੇ ਨਾ ਪਹਿਲੇ ਸਨੈਣ ਹੋਣਾ ਸਕੂਲ ਵਾਸਤੇ ਨਾ ਬੈਗ ਵਗੈਰਾ ਖਰੀਦਣੇ ਨੇ ਉਹ ਵੀ ਖਰੀਦਣੇ ਆ ਤੇ ਵਰਦੀ ਵੀ ਉਹਨਾਂ ਨੇ ਲੈਣੀ ਬਾਜ਼ਾਰੋਂ ਚੱਲ ਕੇ ਉਹ ਖਰੀਦੀ ਪਹਿਲੇ ਬਾਕੀ ਇੱਥੇ ਬਾਜ਼ਾਰ ਆ ਗਏ ਆਗੇ ਤੇ ਇੱਥੋਂ ਨਾ ਸਨੈਣ ਹੋਣਾ ਨੇ ਬੈਗ ਵੀ ਖਰੀਦ ਲੈਣੇ ਕਿਤਾਬਾਂ ਨਹੀਂ ਖਰੀਦਣ ਲੱਗੇ ਕਿਉਂਕਿ ਭਾਈ ਹੋਰੀ ਕਹਿ ਰਹੇ ਨੇਗੇ ਕਿ ਸਕੂਲਾਂ 'ਚ ਹੁਣ ਕਿਤਾਬਾਂ ਜਿਹੜੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇਗੀਆਂ ਚਲੋ ਕੋਈ ਬਾਤ ਨਹੀਂ ਬਾਕੀ ਜਾਣਾ ਪੈਕ ਕਰ ਰਹੇ ਨੇ ਬਾਈ ਉਹ ਸਮਾਨ ਅਸਨੈਣ ਦੀ ਵਰਦੀ ਇੱਥੋਂ ਲੈ ਲਈ ਬਾਕੀ ਇਹ ਪ੍ਰੇਸ਼ਰ ਵਰਦੀਆਂ ਵਗੈਰਾ ਨੇ ਉਹ ਫਿਰ ਉਦੋਂ ਕੱਪੜੇ ਵਾਲੀ ਦੁਕਾਨ ਤੋਂ ਮਿਲਣਗੀਆਂ ਸੀਟੀਆਂ ਉਹ ਫਿਰ ਸਿਲਵਾਉਣੀਆਂ ਪੈਣੀਆਂ ਨੇ ਅਤੇ ਇੱਥੋਂ ਸ਼ੋਪਿੰਗ ਕਰ ਲਈ ਬਾਕੀ ਹੁਣ ਫਿਰ ਅੱਗੇ ਚੱਲਣੇ ਆ ਬਾਜ਼ਾਰ ਚੱਲ ਕੇ ਵਰਦੀਆਂ ਦਾ ਕੱਪੜਾ ਖਰੀਦਣੇ ਆ ਕੱਪੜੇ ਵਾਲੀ ਦੁਕਾਨ ਤੋਂ ਬਾਕੀ ਇੱਥੋਂ ਵਰਦੀਆਂ ਦਾ ਕੱਪੜਾ ਆ ਪਰਚੇਜ਼ ਕਰ ਲਿਆ ਹੁਣ ਫਿਰ ਅੱਗੇ ਚੱਲੀਏ ਅਤੇ ਇੱਥੇ ਅੰਕਲ ਬਾਬਰ ਕੋਲ ਆ ਗਿਆ ਬਾਕੀ ਇਹਨਾਂ ਕੋਲ ਹੁਣ ਸ਼ੋਪ ਦਾ ਸਮਾਨ ਲੈ ਚੱਲਣੇ ਆ ਪਹਿਲੇ ਤਾਂ ਕੱਢ ਲੈਂਦੇ ਹਾਂ ਬੋਤਲਾਂ ਐਮੀਜਾਨ ਜਿਹੜੇ ਨਾ ਬੈਂਸ ਵਾਲਾ ਜੂਸ ਅੱਛੇ ਨੇਗੇ ਇਹਨਾਂ 'ਚ ਬਚਤ ਵੀ ਕਾਫੀ ਹੈਗੀ ਲੇਕਿਨ ਇਹਦਾ ਨੁਕਸਾਨਾਤ ਵੀ ਨਹੀਂ ਨੇਗੇ ਇਹ ਜਿਹੜੇ ਨਾ ਕੁਛ 3-4 ਪੈਟੇ ਜੇ ਕੱਢ ਲੈਣੇ ਨੇ 3 ਲੈ ਲਈ ਹਾਂ ਬਾਕੀ ਬੋਤਲਾਂ ਜੇ ਫਿਰ ਕੱਢਣੇ ਆ 3 ਬੜੇ ਨੇ ਪੈਟ ਬਾਕੀ ਆਪਣੀ ਸ਼ੋਪ ਲਈ ਆ ਲਈਆਂ ਬੋਤਲਾਂ ਜੇ ਨਾ ਕੱਢ ਲਈਆਂ ਬੋਤਲਾਂ ਪਈਆਂ ਨੇ ਜੂਸ ਜੇ ਦਰਮਿਆਨ ਪਏ ਨੇ ਨਾ ਲੈਣੇ ਆਪਣੀ ਹੈਗੀ ਅਤੇ ਉੱਧਰ ਚੱਲ ਕੇ ਦੂਸਰਾ ਸਮਾਨ ਜਿਹਾ ਸ਼ੋਪ ਦਾ ਹੈਗਾ ਉਹ ਵੀ ਕੱਢ ਲੈਂਦੇ ਹਾਂਗੇ ਐਮੀਜਾਨ ਨੇ ਕੁਛ ਚੀਜ਼ਾਂ ਕੱਢ ਲਈਆਂ ਹੋਈਆਂ ਜਿਹੜੀ ਖਤਮ ਇਹ ਨਿਮਕੋ ਖਤਮ ਹੋ ਗਈ ਹੋਈ ਹੈਗੀ ਤਕਰੀਬਨ 2-3 ਪੈਕਟ ਇਸ ਤਰ੍ਹਾਂ ਲੈ ਲਓ ਅਤੇ 20 ਰੁਪਏ ਵਾਲਾ ਟੈਂਕ ਇੱਥੇ ਪਿਆ ਸੀ ਮੈਂ ਕਿਹਾ ਅੱਛੇ ਵਾਲਾ ਹੈਗਾ ਗਰਮੀਆਂ ਨਹੀਂ ਗੀਆਂ ਕੋਈ ਨਾ ਕੋਈ ਗਾਹਕ ਆ ਹੀ ਜਾਂਦਾ ਹੈਗਾ ਇਸ ਵਜ੍ਹਾ ਤੋਂ ਲੈ ਲਿਆ ਹੈਗਾ ਨੋਰਮਲੀ ਲੈ ਕੇ ਸੀ ਉਹ ਲੋਕਲ ਜੇ ਨੇਗੇ ਇਹਨਾਂ ਦੇ ਇਤਨਾ ਅੱਛਾ ਜਿਹੜਾ ਇਹਨਾਂ ਸਮਝ ਲਓ ਜ਼ਾਇਕਾ ਵਗੈਰਾ ਨਹੀਂ ਹੈਗਾ ਇਹ ਲੋਕਲ ਜੇ ਨੇਗੇ ਬਿਲਕੁਲ ਇਹ ਤਾਂ 5 ਰੁਪਏ ਦੇ ਦੇਖੋ ਉਹ ਵਾਲੀ ਮਹਿੰਦੀ ਇਹਦੀ ਲਾਲ ਲਾਲ ਲਾ ਲੈਂਦੇ ਹਾਂ ਚਲੋ ਮੈਂ ਬਾਕੀ ਇੱਕ ਐਕਸ਼ਾ ਮਹਿੰਦੀ ਪਈ ਹੈਗੀ 2 ਡੱਬੇ ਲੈ ਲਈਏ ਮੀਆਂ 2 ਹੀ ਲੈ ਲੈਣੇ ਆ ਲੋ ਬਾਕੀ ਇਹ ਸਮਾਨ ਇੱਥੇ ਕੱਢ ਲਿਆ ਹੈਗਾ ਇਹਦਾ ਅੰਕਲ ਹੋਰੀ ਬਿੱਲ ਬਣਾ ਰਹੇ ਨੇ ਤਾਂ ਬਾਹਰ ਭਾਈ ਹੋਰੀ ਜਿਹੜੇ ਨਾਲ ਲੱਗੇ ਹੋਏ ਨੇਗੇ ਸਾਡੀਆਂ ਬੋਤਲਾਂ ਕਿੱਥੇ ਰੱਖਤੀਆਂ ਹੈ ਸਾਡੇ ਵਾਲੇ ਕਿੱਥੇ ਨੇ ਬੋਤਲਾਂ ਇਹ ਸਾਡੇ ਨਹੀਂ ਆ ਆਪਣੀਆਂ ਹੀ ਪਈਆਂ ਨੇ ਓਰਲੀ ਉੱਪਰਲੀਆਂ ਕਿਸੇ ਹੋਰ ਦੀਆਂ ਨੇ ਇਹ ਓਰਲੀ ਓਰਲੀ 2 ਲੈਣਾ ਪਈਆਂ ਨੇ ਅਤੇ ਉਹ ਜੂਸ ਪਾਏ ਨੇ ਜੂਸ ਹੀ ਲਿਖ ਲਓ ਬਾਕੀ ਸਾਰਾ ਸਮਾਨ ਜਿਹਾ ਖਰੀਦ ਲਿਆ ਹੈਗਾ ਅਤੇ ਬਾਈ ਰਿਕਸ਼ਾ ਵਾਲੇ ਬੁਲਾ ਲਿਆ ਹੈਗਾ ਸਮਾਨ ਜਿਹਾ ਇਹਨਾਂ ਲੋਡ ਕਰ ਰਹੇ ਹਾਂਗੇ ਰਿਕਸ਼ੇ 'ਚ ਅਤੇ ਬਿੱਲ ਹਾਲੀ ਤੱਕ ਇਹਨਾਂ ਦੇ ਬਣ ਰਹੇ ਨੇ ਪਤਾ ਨਹੀਂ ਪੈਸੇ ਵੀ ਸਾਡੇ ਕੋਲ ਪੂਰੇ ਨੇ ਜਾਂ ਨਹੀਂ ਉਹ ਦੇਖਣੇ ਆ 20,230 ਹੋ ਗਏ ਇਹ ਪਾ ਕੇ 5980 ਰੁਪਏ ਸੀ ਸਮਾਨ ਦਾ ਬਣਿਆ ਓਕੇ ਹੋ ਗਿਆ ਚੱਲ ਇਹ ਦੇ ਦਿਓ ਬਾਕੀ ਸਾਰੇ ਸਮਾਨ ਦਾ ਬਿੱਲ ਦੇ ਦਿੱਤਾ ਹੈਗਾ ਅਤੇ ਬਾਈ ਔਰ ਜੇ ਇਹਨਾਂ ਸਮਾਨ ਨੂੰ ਅੱਛੀ ਤਰ੍ਹਾਂ ਜਾਂ ਰੱਸੀਆਂ ਵਗੈਰਾ ਮਾਰ ਰਹੇ ਨੇਗੇ ਕਿ ਰਸਤੇ ਗਿਰ ਨਾ ਜਾਵੇ ਅਤੇ ਹੁਣ ਜੀ ਫਿਰ ਅੱਗੇ ਚੱਲਦੇ ਹਾਂ ਉੱਥੋਂ ਆਟਾ ਵੀ ਰਿਕਸ਼ੇ 'ਤੇ ਲੋਡ ਕਰਾਉਣਾ ਹੈਗਾ ਸਿਲੰਡਰ ਹੀ ਨਾਲ ਦਿਖਾ ਦੇਵਾਂਗੇ ਰਿਲੈਕਸ ਹੋ ਕੇ ਚਲੀਏ ਬਾਕੀ ਅਸੀਂ ਚੱਕੀ ਤੋਂ ਆਟਾ ਵੀ ਲੈ ਲਿਆ ਹੈਗਾ ਬਾਈ ਔਰ ਨਾਲ ਲੋਡ ਕਰਾ ਦਿੱਤਾ ਰਿਕਸ਼ੇ ਲੋਡ ਕਰ ਰਹੇ ਨੇਗੇ ਅਤੇ ਅੱਗੇ ਆ ਜਾਂਦੇ ਉੱਥੋਂ ਫਿਰ ਨਾਲ ਸਿਲੰਡਰ ਜਿਹੜਾ ਉਹ ਰੱਖ ਲਵਾਂਗੇ
ਬਾਕੀ ਇਹ ਭਾਈ ਹੋਰਾਂ ਸਿਲੰਡਰ ਦੇ ਗਏ ਸੀ ਨਾ ਗੈਸ ਲਈ, ਲੇਕਿਨ ਉਹ ਦੁਕਾਨ ਤੇ ਨਹੀਂ ਬੈਠੇ ਨੇਗੇ। ਫਿਰ ਚੱਲਨੇ ਆ ਘਰ, ਸੈਕਿੰਡ ਟਾਈਮ ਆ ਕੇ ਕੁਛ ਟਾਈਮ ਦੀ ਆ ਕੇ ਨਾ ਲੈ ਜਾਵਾਂਗੇ ਉਹਨਾਂ ਕੋਲ ਸਿਲੰਡਰ ਪੈਸੇ ਦੇ ਕੇ। ਤੇ ਬੈਗ ਜਿਹੜਾ ਮੈਂ ਪਿੱਛੇ ਪਾ ਰਿਹਾ ਹੈਗਾ ਤੇ ਸਾਰਾ ਸਮਾਨ ਹੈਗਾ, ਸਟੈਂਡ ਦੀ ਵਰਦੀ ਵੀ ਹੈ ਜੀ, ਕੁਝ ਕਾਪੀਆਂ ਵਗੈਰਾ ਲਈਆਂ ਨੇ, ਪੈਨ ਵਗੈਰਾ ਲਏ ਨੇ। ਘਰ ਚੱਲ ਕੇ ਸਾਰਾ ਸਮਾਨ ਜਿਹਾ ਤੰਦ ਕਰਨੇ ਆ ਤੇ ਘਰ ਵਾਪਸ ਹੀ ਅਸੀਂ ਆ ਗਏ। ਬਾਕੀ ਬਾਈ ਰਿਕਸ਼ੇ ਵਾਲੇ ਵੀ ਆ ਗਏ ਨੇ, ਸਮਾਨ ਜਿਹਾ ਨਾ ਅਨਲੋਡ ਕਰ ਲੈਂਦੇ ਹਾਂ, ਕਿਉਂਕਿ ਸਮਾਨ ਵੀ ਮਾਸ਼ਾਅੱਲਾ ਕਾਫੀ ਸਾਰਾ ਸੀ ਲੈਣਾ ਹੈ, 20,000 ਰੁਪਏ ਦਾ। ਉਹਨਾਂ ਦੇ ਇੱਥੇ ਨਾ ਸਾਰੇ ਪੈਟ ਜਿਹੇ ਲਾ ਕੇ ਰੱਖ ਲੈਣੇ ਹੈਗੇ, ਮੈਂ ਕਿਹਾ ਬਾਹਰ ਰੱਖ ਕੇ ਪਹਿਲਾਂ ਤੁਹਾਨੂੰ ਦਿਖਾ ਦੇਵਾਂ, ਤਾਂ ਉਦੋਂ ਜੂਸ ਜਿਹੜੇ ਨਾ ਬੈਨਸ ਵਾਲੇ ਲੈ ਆ, ਅੱਛੇ ਵਾਲੇ ਜੇ, ਬੱਚਿਆਂ ਨੂੰ ਨਾ ਨੁਕਸਾਨ ਨਾ ਦੇਣ, ਗਲਾ ਵਗੈਰਾ ਨਾ ਖਰਾਬ ਹੋਏ। ਤਿੰਨ ਅਤੇ ਆਉਂਦੇ ਹੋਏ ਰਸ ਜਿਹੜੇ ਨਾ ਅਲੱਗ ਲੈ ਸੀ, 20,000 ਦਾ ਦੂਸਰਾ ਸਮਾਨ ਅਲੱਗ ਬਣਿਆ ਸੀ, ਉਹਦੇ ਦੇ ਦਿਓ। ਅਤੇ ਇਹ ਜੀ ਆ ਗਿਆ ਬਾਕੀ ਦੁਕਾਨ ਦਾ ਸਮਾਨ, ਇਹ ਵੀ ਕਰੀ ਇੱਥੇ ਰੱਖਣੇ, ਮੈਂ ਆਟਾ ਚੱਕ ਲਿਆਵਾਂ। ਬਾਕੀ ਆਟਾ ਜਿਹੜਾ ਨਾ ਅੰਦਰ ਹੀ ਚੱਲ ਕੇ ਰੱਖਿਆ ਨਾ ਕਿਚਨ ਵਿੱਚ, ਕਿਉਂਕਿ ਬਡੋਲੀ 'ਚ ਪਾ ਲਵਾਂਗੇ। ਅਤੇ ਅੱਜ ਨਾ ਦੁਪਹਿਰ ਟਾਈਮ ਦਾ ਖਾਣਾ ਨਹੀਂ ਪਕਾਇਆ, ਸਿਰਫ ਆਟੇ ਦੇ ਪਿੱਛੇ ਆਇਸ਼ਾ ਵੀ ਇੰਤਜ਼ਾਰ ਕਰ ਰਹੀ ਸੀ ਜੀ। ਸਾਰਾ ਜਿਹਾ ਸਮਾਨ ਅਨਲੋਡ ਕਰ ਲਿਆ ਹੈਗਾ, ਬਾਅਦ ਇਹਦੀ ਇਨਸ਼ਾਅੱਲਾ ਤਾਲਾ ਸੈਟਿੰਗ ਵੀ ਕਰਨੇ ਆ ਗਏ। ਪਹਿਲੇ ਨਾ ਜਿਹਨਾਂ ਜਿਹਨਾਂ ਦੇ ਬੈਗ ਲੈ ਆਵਾਂਗੇ, ਕਾਪੀਆਂ ਵਗੈਰਾ ਉਹ ਦੇ ਦਿੰਦੇ ਆਗੇ। ਨੂਰ ਤੂੰ ਦੱਸ, ਤੂੰ ਕਿਹੜਾ ਲੈਣਾ ਦੋਨਾਂ 'ਚੋਂ? ਦੋਵਾਂ 'ਚ ਤੇ ਬੈਗ ਹੈ, ਫਿਰ ਸੁਣਿਆ ਨੂੰ ਦੇ। ਅਸਲ ਤੋਂ ਤਾਂ ਸਪਾਈਡਰਮੈਨ ਵਗੈਰਾ ਬਣਿਆ ਹੁੰਦਾ, ਫਿਰ ਤਾਂ ਲੜਕੇ ਆਉਣਾ, ਚਲੋ ਖਤਮ ਹੋਏ ਪਏ ਆਣਗੇ। ਇੱਕ ਤੂੰ ਆ ਹੁਣ ਨਹਾ ਕੇ ਕੱਪੜੇ ਨਵੇਂ ਪਾ, ਠੀਕ ਹੈ ਨਾ? ਸਾਰੀ ਦਿਹਾੜੀ ਬਾਹਰ ਭੱਜਿਆ ਤੂੰ, ਚੰਗੀ ਵਰਦੀ ਤੇਰੀ ਲੈ ਆਇਆ, ਠੀਕ ਹੈ ਨਾ? ਨਹੀਂ ਤੇ ਮੈਨੂੰ ਆਂਦਾ ਸੀ ਅੰਮੀ ਮੈਨੂੰ ਵਰਦੀ ਲਿਆ ਕੇ ਦੇ, ਅੰਮੀ ਮੈਨੂੰ ਵਰਦੀ ਲਿਆ ਕੇ ਦੇ। ਹਾਂ ਤੇ ਆ ਪਰੀਸ਼ਾ ਦੀ ਤੇ ਨੂਰ ਫਾਤਮਾ ਦੀ ਤੇ ਆਇਸ਼ਾ ਦੀ ਵਰਦੀ ਦਾ ਕੱਪੜਾ ਲੈ ਕੇ ਆਈ, ਇੱਥੇ ਜਿਹੜਾ ਨਾ ਦਰਜਨ ਦੇ ਕੇ ਨਾ ਸਿਲਾਈ ਕਰਾ ਲਵਾਂਗੇ। ਆਇਸ਼ਾ ਦੀ ਨਹੀਂ, ਇਮਾਨ ਫਾਤਮਾ ਦੀ, ਆਇਸ਼ਾ ਇਮਾਨ ਫਾਤਮਾ ਦੀ, ਨੂਰ ਫਾਤਮਾ ਦੀ ਤੇ ਜੀ ਜੀ ਪਰੀਸ਼ਾ ਦੀ, ਤਿੰਨਾਂ ਜਿਹੜੀਆਂ ਦੀਆਂ। ਤੇ ਆ ਜਿਹੜਾ ਬੈਗ ਹੈਗਾ ਇਹ ਰਹੇਗਾ ਇਮਾਨ ਫਾਤਮਾ ਦਾ ਜੀ। ਤੇ ਆ ਜਿਹੜੀ ਸ਼ਾਹੀ ਹੈਗੀ ਇਹ ਵੀ ਲੈਣ ਦੀ, ਆਪਣੀ ਪਸੰਦ ਨਾਲ ਬੈਗ ਲਿਆ ਸੀ, ਹੁਣ ਇਹ ਨੀ ਸੋਚਣਾ ਹੈਗਾ ਕਿ ਉਹਨੇ ਇਹਨੂੰ ਨਵਾਂ ਲਿਆ ਦਿੱਤਾ ਜੇ। ਉਹਦਾ ਇਹਨੇ ਕਿਹਾ ਨਹੀਂ ਮੈਂ ਇਮਾਨ ਫਾਤਮਾ ਨੂੰ ਨਹੀਂ ਦੇਣਾ ਬੈਗ, ਮਾਸ਼ਾਅੱਲਾ ਉਹ ਵੀ ਬਹੁਤ ਅੱਛਾ ਬੈਗ ਹੈਗਾ, ਪੱਕਾ ਵੀ ਹੈ ਇਹਨਾਂ ਨੂੰ ਜ਼ਿਆਦਾ। ਕੋਈ ਨਾ ਕੋਈ ਚੀਜ਼ ਤੁਹਾਨੂੰ ਲੱਗ ਰਿਹਾ ਹੋਣਾ ਮੈਂ ਭੁੱਲ ਕੇ ਆਇਆ ਹੈਗਾ, ਅੱਜ ਮੈਂ ਨਹੀਂ ਭੁੱਲਿਆ ਹੈਗਾ, ਅੱਜ ਮੈਨੂੰ ਯਾਦ ਰਹੀ ਹੈਗੀ। ਤੁਸੀਂ ਆਹ ਦੇਖੋ ਜੀ, ਜਿਹੜਾ ਸੋਚ ਸੀ ਨਾ ਇਹਦੇ ਵਿੱਚ ਲੱਗਣ ਵਾਲਾ ਉਹ ਮੈਂ ਲੈ ਆ ਗਿਆ। ਬੋਰਡ ਜਿਹੜਾ ਉਹ ਲੈਣ ਦੇ ਤੇ ਫਿਰ ਮਿਸਤਰੀ ਦੀ ਟੈਨਸ਼ਨ, ਬੜੀ ਪਰੇਸ਼ਾਨੀ ਬਣੀ ਰਹਿਣੀ ਸੀਗੀ, ਇਹਨੂੰ ਕੱਢਣੇ ਇੱਥੋਂ, ਇੱਥੇ ਲੱਗ ਜਾਵੇਗਾ ਇਸ ਤਰ੍ਹਾਂ, ਇਹਦੇ ਉੱਤੇ ਲੱਗ ਜਾਵੇਗੀ ਫਰੀਜ਼ਰ ਦੀ ਇਹ ਵਾਲੀ ਤਾਰ ਇਸ ਤਰ੍ਹਾਂ। ਅੱਬੂ ਜਾਣ ਕੋ ਜ਼ਿਆਦਾ ਲੈ ਕੇ ਚਲਾਵਾਂਗਾ, ਹੁਣ ਨਹੀਂ ਚਲਾਉਣਾ ਕਿਉਂਕਿ ਤਾਰ ਜਿਹੜੀ ਨਾ ਕਮਜ਼ੋਰ ਹੋ ਸਕਦੀ ਪਿੱਛੋਂ, ਕਿਉਂਕਿ ਜਿਹੜੀ ਤਾਰ ਅਸੀਂ ਹੁਣ ਲਵਾਈ ਨਾ ਲਾਲ ਵਾਲੀ ਜਿਹੜੀ ਇੱਥੋਂ ਗੁਬਾਰੇ ਵਗੈਰਾ ਹੋਈ ਹੈ ਵਾਲੀ ਤਾਰ ਕਮਜ਼ੋਰ ਜੀ ਹੈਗੀ, ਉਹ ਨਾ ਹੋਵੇ ਮਸਲਾ ਨਾ ਬਣ ਜਾ, ਮੈਨੂੰ ਇਹ ਡਰ ਲੱਗ ਰਿਹਾ। ਅੱਬੂ ਜਾਣ ਕੋ ਪਹਿਲੇ ਜ਼ਿਆਦਾ ਲੈਣਾ, ਉਸ ਤੋਂ ਬਾਅਦ ਹਾਂਜੀ ਮੈਂ ਕਿਹਾ ਸੋਚ ਤਾਂ ਹੁਣ ਆ ਗਿਆ, ਚਲਾ ਦੇਵਾਂ ਫਿਰ, ਅੱਬੂ ਜਾਣ ਕੋ ਪੁੱਛ ਲਈ, ਉਹ ਨਾ ਗੁੱਸੇ ਨਾ ਪੁੱਛ ਲੈਣਾ ਮੈਂ ਜਾ ਕੇ ਪਹਿਲੇ। ਤੇ ਅੱਬੂ ਜਾਣ ਹੀ ਇੱਧਰ ਬੈਠੇ ਨੇ, ਅੱਬੂ ਜਾਣ ਆ ਸੋਚ ਮੈਂ ਲੈ ਆ ਇਹਦੇ ਫਰੀਜ਼ਰ ਚਲਾ ਲਈਏ ਕਿ, ਉਹ ਮੈਂ ਤਾਰਾਂ ਦਾ ਸੋਚ ਰਿਹਾ ਸੀ ਕਮਜ਼ੋਰ ਨਹੀਂ ਆਉਂਦੇ ਨਾ। ਚਲੋ ਫਿਰ ਤਾਂ ਖੁਸ਼ਖਬਰ ਹੀ ਹੈਗੀ ਹੈ, ਇਹਦੇ ਹੀ ਨਹੀਂ ਲਿਆ ਜਾ ਰਿਹਾ ਸੀ, ਤਕਰੀਬਨ 2 ਹਫ਼ਤੇ ਹੋ ਗਏ ਨੇ ਸਾਡੇ ਕੋਲ ਇੱਕ ਸੋਜਿਆ ਨਹੀਂ ਲਿਆ ਜਾ ਰਿਹਾ ਸੀ, ਚੱਲ ਕੇ ਲਾਉਂਦੇ ਹਾਂ ਕਿ ਫਰੀਜ਼ਰ ਵੀ ਇਹਨਾਂ ਚਾਲੂ ਕਰਨੇ ਆ, ਅਤੇ ਬਾਕੀ ਇਹਨਾਂ ਬੋਤਲਾਂ ਵਗੈਰਾ ਲੈ ਆ, ਫਿਰ ਸ਼ਾਮ ਤਾਂ ਕੂਲਿੰਗ ਕਰਨੀ ਸ਼ੁਰੂ ਕਰ ਦੇਵੇਗਾ, ਫਿਰ ਉਹਦੇ ਬੋਤਲਾਂ ਹੀ ਰੱਖਾਂਗੇ। ਅਤੇ ਉਂਝ ਫਿਰ ਇਹਨਾਂ ਨੂੰ ਯਾਦ ਕਰਕੇ ਸੋਚ ਲੈਂਦੇ ਹਾਂ ਫਰੀਜ਼ਰ ਦਾ, ਜਾਂ ਤਾਂ ਫਿਰ ਧਮਾਕਾ ਹੋਵੇਗਾ ਅਤੇ ਜਾਂ ਫਿਰ ਫਰੀਜ਼ਰ ਜਿਹੜਾ ਇਹਨਾਂ ਚੱਲ ਜਾਵੇਗਾ। ਬਿਸਮਿਲ੍ਲਾ ਰਹਿਮਾਨ ਰਹੀਮ, ਇੱਥੇ ਬਾਕੀ ਮਾਸ਼ਾਅੱਲਾ ਅਸੀਂ ਚੈੱਕ ਕਰੋ, ਫਰੀਜ਼ਰ ਜਿਹੜਾ ਨਾ ਚਾਲੂ ਹੋ ਗਿਆ ਹੈਗਾ, ਉਹ ਨਮੀ ਜਾਣੇ ਕੁਛ ਟਾਈਮ ਐਵੇਂ ਪਿਆ ਰਹਿੰਦੇ ਹੀ, ਕੂਲਿੰਗ ਜਦੋਂ ਕਰੇਗਾ ਉਦੋਂ ਫਿਰ ਵੱਡੀਆਂ ਬੋਤਲਾਂ ਲੈ, ਛੋਟੀਆਂ ਸਾਰੀਆਂ ਬੋਤਲਾਂ ਲੈ, ਹਰ ਤਰ੍ਹਾਂ ਦੀ ਵਰਾਇਟੀ ਦੀਆਂ। ਇਹ ਦੇਖੋ ਇਹ ਡਿਊ ਲੈ ਆਵਾਂਗੇ, ਇਹ ਤਾਂ ਇੱਥੇ ਜ਼ਿਆਦਾ ਪਿੰਡਾਂ ਥਾਵਾਂ 'ਤੇ ਵਿਕਦੀ ਤਾਂ ਨਹੀਂ ਹੁੰਦੀ, ਇਹਦਾ ਨਾਮ ਪਤਾ ਨਹੀਂ ਕੀ ਹੁੰਦਾ ਮੈਨੂੰ ਨਹੀਂ ਪਤਾ, ਲੇਕਿਨ ਇਹ ਹੈਗਾ ਕਿ ਫਿਰ ਮੈਂ ਲੈ ਆਇਆ, ਮੈਂ ਕਿ ਬੱਚੇ ਜਿਹੜੇ ਨਾ ਲਵਣਗੇ ਈਦ ਵਾਲੇ ਦਿਨ। ਹਾਂ ਵੀ ਪਿੰਡਾਂ ਥਾਵਾਂ ਬੱਚੇ ਇੱਦਾਂ ਤੇ ਉਹ ਜੀ ਚੀਜ਼ਾਂ ਲੈਂਦੇ ਹੁੰਦੇ ਨੇ। ਹਾਂ ਇਹ ਡਿਊ ਤਾਂ ਨਹੀਂ ਹੈਗੀ, ਕੋਈ ਹੋਰ ਹੀ ਹੈਗੀ, ਪਾਕਿਸਤਾਨ ਦੇ ਬ੍ਰਾਂਡ ਨੇ ਜ਼ਿਆਦਾਤਰ, ਅਸੀਂ ਜਾਂ ਪਾਕਿਸਤਾਨ ਦੀਆਂ ਬ੍ਰਾਂਡਾਂ ਦੀ ਬੋਤਲਾਂ ਲੈ ਆਉਂਦੇ ਹਾਂ, ਫਿਜ਼ੈਕਸ ਨੈਕਸ ਕੋਲਾ ਇਹ ਜਿਹੜੇ ਨਾ ਪਾਕਿਸਤਾਨ ਦੇ ਨੇਗੇ, ਇੱਥੋਂ ਦੇ ਬ੍ਰਾਂਡ ਤਾਂ ਨਹੀਂ ਨੇਗੇ, ਲੇਕਿਨ ਇੱਥੋਂ ਦੀਆਂ ਕੰਪਨੀਆਂ ਨੇਗੀਆਂ ਬੋਤਲਾਂ ਦੀਆਂ। ਸਾਰੇ ਜਿਹੜੇ ਨਾ ਖੋਲ੍ਹ ਕੇ ਕੁਛ ਉਤਾਂ ਲਾਉਂਦੇ ਹਾਂਗੇ, ਕੁਛ ਜਿਹੜੇ ਨਾ ਫਰੀਜ਼ਰ ਦੇ ਵਿੱਚ, ਇੱਕ ਵਾਰ ਮਜ਼ਾ ਨਾ ਰੱਖੇ ਫਰੀਜ਼ਰ ਦੀ ਬੋਤਲਾਂ ਅਲੱਗ ਕਰ ਲਿਆ ਜੀ। ਹਾਂ ਇੱਕ ਵਾਰੀ ਉੱਥੇ ਜਾਣ ਜੋੜ ਕੇ ਰੱਖ ਲਈਏ,
मैंगो वाले जूस लैके आए सारे पिछे इकट्ठे हो मैंने कहा जोड़िया ने चार शेल्फ इन्होंने बढ़े जाने से फ्रंट साइड करके लेकिन अम्मी जान ने सारे पिछे पिछे करके जोड़ते हुए तो यह वाला बॉक्स बाद खोलने पहले ना बोतलों की सैटिंग कर लीए बाकी सारी शॉप है मुकम्मल जी ने सैटिंग करनी बोतल देखो अभी तक थोड़िया ही बोतल लगे हैं नहीं कितनी प्यारी लग रही जगह तो यह अज ना नवी एड की बोतल इन्हें जी ना बोतल ही काफ़ी वड्डी हैगी तकरीबन 100 रुपए की असं सेल कर सकते हैं लीटर नो छोटी है 1.5 लीटर नो ज़्यादा हैगी हाँ यह तो नवी नवी है तेन पता ही है इस तो बाकी जी ना पहले असं लेते हैं इन्हों ना वह व्डिया बोतल ने यह जी पे 500 ml की है तकरीबन 3 लीटर की उन्होंने बनाई हुई हैगी क्वाटर की कर लो ए वाली बोतल हाँ 3 लीटर न घट होंगी इन्हों मैं उत्ते जोड़ी मेरा एक अद है उतना है उत्थे हाथ पड़ना है उत्ते जोड़ना तो दुकान की सैटिंग लगे हुए आगे लेकिन माशाल्लाह फ्रीजर चलाया ना फ्रीजर ने कूलिंग ही करनी शुरू करती काफ़ी ठंडा हो गया है तो बोतल जीने मैं जोड़नी शुरू करती बोतल काफ़ी निकलिया पे जूस भी निकले पे ने सारे इतने जोड़ने ने कुछ बाहर जोड़ने से जोड़ते हुए ने आखिरी पैटी अम्मी जान उ ला रही बाकी जो बोतल या जूस ने गे इत रखा इधर आली तक काफ़ी पे ने यह पैट भी पे है तुम तो दुकान की अच्छी अच्छी तरह ना सफाई करनी क्लीन कर देना दुकान में लिया स्नैन यह छोटे जूस ने इत्थे रखा एक साइड से इधर यह भी जो ना काफ़ी ठंडे हुए पेन अज माशाल्लाह तो माशाल्लाह फ्रीजर के अंदर ही सारी चीज़ें जो ना जोड़िया गई नेगी इधर अलग अलग वरायटियां जो ना जूस पे ने गए हाली तक इंशाल्लाह ताला फ्रीजर नू ना ईद तक बाहर लेना है बिच बोतल ना फिर इन्हें बाहर भी बोतल लानिया होंगे ने इस वजह तो कह रहे हैं तो अम्मी जान जिहड़ियां सारा बॉक्स खोल के बैठिया ने गियां तुहानू समान दिखाना सी लेकिन अम्मी जान ने तो टंगना ही शुरू करता है बाहर ना उन्होंने दालां वगैरह अगे लाइया ने अम्मी जान की तबीयत जी ना खराब हो खड़ी हैगी क्योंकि गर्मी आई बहुत ज़्यादा हैगी तो बाकी उतो जिस तरह के तुम मैं दिखा रहा है यह टैंक लाए ने गे कुछ 20 रुपए वाला तो यह टाइगर मैट लाए थे अम्मी जान कितने से 4 मैट ने गे नहीं 5 ने ये मिल रहा है 80-80 रुपए का डब्बा मैं लै लेने 5 क्योंकि काफ़ी सेल होंगे ने गे मच्छर हों हाँ चूपा आ गया 5 रुपए चॉकलेट आओ तो बाकी आप 3 तरह के शैंपू आ गया अलग अलग हाँ स्पैशल साढ़े को नहीं पिया सीगा पहले ना और दूसरा लैमन है खत्म हो गया सुपर 40 रुपए अलग ये तो अम्मी जान पहले अपने को 2 पहिए से लेकिन सेल काफ़ी होती ने इस वजह तो और लै आए चलो इन्हें सैटिंग जेड ना उन्हें कर लें आगे इतने 5 चॉकलेटा नहीं है बुलबले जी हाँ वह दूसरा पे हो दो ही बचे पे ने गए तकरीबन चलो कोई ना भी सेल नाल हो जाने हाँ अम्मी जान देख लो चीज़ा देखने लगदी थोड़िया जी लेकिन इन्होंने बिल इतना बन गया 900 रुपया बिल बन गया चिली मिली ये तकरीबन 5 डब्बे ने गए अम्मी जान बिल चेक करने वाली गल है बस चिली मिली बस आ गारंटी दी उन्होंने कहा कोई मसला नहीं बिल का कोई मसला हो भी जाना इन्हें नालों नाल सेटिंग कर लेने शॉप हाँ मेहंदी के डब्बे अलग हाँ ये मेहंदी अम्मी जान खोल के ना उच्ची कितने लावे जितने गाहक नजर आवे उत्थे सामने कितने जो करा इतने नहीं रखनी हैगी इतने तुम देखो इन्होंने अगर जोड़िया हो ना तो बहुत प्यारे लगन आ जो ना थलो काउंटर की भी हाली तक सफाई करनी देखो थले दाला वगैरह रखी लेकिन थलो साफ सफाई नहीं है थोड़ी सफाई भी दुकान की अज इंशाल्लाह ताला करने ओके हो गया जी तो फाइनली जी दुकान की मुकम्मल ही सैटिंग असी जी कर ली हुई है कि बाहर भी अगू देखो सारिया चीज़ा लाती हुई हैं तो यह जो उन्हें काउंटर थोड़ा इधर करता क्योंकि वो टेबल कढ़िया उत्तों कोई चीज़ उतारनी हो फिर उतारन वास्ते उतना हाथ नहीं पड़ता इस तरह हूँ अम्मी जानी इन खड़ी होकर ना उतो चीज़ा चक सकती हैं मेरी हाइट अपड़ जाती है इन्हें खड़े हुए हैं मेरी अम्मी जान ने ज़्यादा हाइट है ना तो इस वजह तो बाकी बाकी माशाल्लाह देखो जिवें कि पहले समान पाया सी ना दुकान फुल हो गई बाकी वो एक खाना रह गया शेल्फ वो खाली पेगा तो एक शेल्फ वो खाली पे साढ़े दोनों शेल्फ जेड़े नजर च नहीं गए हालांकि इन्हें जोड़ते तो सी आ मेहंदियां इत्थे रखी हुई ने जोड़ सकने
ਇਹ ਬਰੀ ਵੀ ਜਾਣੇ ਸੀ ਦਨ ਦੇਖਣ ਨਹੀਂ ਲੱਗਣਾ ਸੀ ਇਹ ਫੁੱਲ ਨੇਗੇ ਲੇਕਿਨ ਅਸੀਂ ਸੋਚ ਰਹੇ ਹਾਂ ਉੱਥੇ ਜਿਹੜੀ ਸਵੇਰ ਸੇਲ ਹੋਵੇਗੀ ਨਾ ਉਹਦੇ ਵਿੱਚੋਂ ਲੈ ਆਵਾਂਗੇ ਬਿਸਕਟ ਵਗੈਰਾ ਕੇਕ ਜਿਹੜੇ ਸਾਡੇ ਕੋਲ ਨਹੀਂ ਪੈਣੇ ਲੈ ਆਵਾਂਗੇ ਜਿਹੜੀ ਜਿਹੜੀ ਚੀਜ਼ ਨਹੀਂ ਖਤਮ ਹੋਈ ਉਹ ਲੈ ਆਵਾਂਗੇ ਤੇ ਫਿਰ ਉੱਥੇ ਉਹ ਜਿਹੜੇ ਲੋਕ ਉਹ ਖਾਣਾ ਵੀ ਫ੍ਰੀ ਜਾਵੇਗਾ ਜੀ ਜੀ ਇਹ ਦੋਨੇ ਖਾਣੇ ਜਿਹੜੇ ਨਾ ਬੰਨੇ ਨੇ ਉਹ ਵਾਲਾ ਵੀ ਤੇ ਇਹ ਵਾਲਾ ਵੀ ਇਹ ਦੋਨੇ ਇਨਸ਼ਾ ਅੱਲਾਹ ਤਾਲਾ ਸੁਬਾ ਬਣੇ ਸਾਰੇ ਪੜਾ ਪਾਈਏ ਸਾਡੇ ਵਾਸਤੇ ਦੁਆ ਕਰਨੀ ਕਿ ਅੱਲਾਹ ਪਾਕ ਸਾਡੇ ਕਾਰੋਬਾਰ ਚ ਇਸੇ ਤਰ੍ਹਾਂ ਬਰਕਤ ਪਾਵੇ ਤੇ ਅੱਲਾਹ ਪਾਕ ਰਹਿਮਤ ਕਰੇ ਮਾਹ ਰਮਜ਼ਾਨ ਦਾ ਨੇਕ ਮਹੀਨਾ ਹੈਗਾ ਤੇ ਅਸੀਂ ਆਪਣਾ ਆਪਣੇ ਕੰਮਾਂ ਦੇ ਵਿੱਚ ਵੀ ਮਸਰੂਫ ਹੈ ਇਹ ਵੀ ਅੱਲਾਹ ਪਾਕ ਸਾਨੂੰ ਮਸਰੂਫ ਰੱਖੇ ਤੇ ਅੱਲਾਹ ਪਾਕ ਆਕ ਲਾਲ ਦੀ ਬੁਝੀ ਜਿਹੜੀ ਨਾ ਉਹ ਆਕ ਕਾਫੀ ਮੇਰੇ ਬੈਣ ਬਾਈ ਕਹਿੰਦੇ ਨੇਗੇ ਵੱਡਾ ਮਾਲ ਦੀ ਤਰ੍ਹਾਂ ਲੱਗਦਾ ਕੀ ਕਹਿੰਦੇ ਨੇ ਅੰਮੀ ਜਾਨ ਉਹਨੂੰ ਪਤਾ ਨਹੀਂ ਮੈਂ ਆਪ ਹੀ ਨਾਮ ਭੁੱਲ ਗਿਆ ਆ ਗਿਆ समान असि थोड़ा लैने लेकिन जिस तरह असि जुड़ते होने माशाल्लाह इंज लगता दुकान फुल पई है इंशाल्लाह ताला जी चीज़ों की कमी है ना वो इंशाल्लाह ताला लाजमी पूरी करांगे ते इधर अपना जो फ्रीजर है आज ही चेक करे आज क्या बात है जी बड़ा VIP अम्मी जान फंक्शन है जी लाइट बाल जाती है ते बड़ा खूबसूरत फ्रीजर बने हुए हैं कूलिंग बड़ी जबरदस्त हो रही है उस बाजी का भी बहुत बहुत शुक्रिया जी ने अपन फ्रीजर लेके दिता है माशाल्लाह परेशानी खत्म हो क्योंकि हम एक जना बैठो ना दुकान ते ते गाहक आवे ते इथू जाके दे सकदा है जी एक जना इथे बैठो ना ते फिर इथू जावे ना घर नु जावे या कर लो के अगर उतों उथू चक के बोतल कोई देनी है उतों चक के देनी होवे ते फिर ओ भी बड़ी मुश्किल बनदी हूं ता हुन असनैन दा हत्थ नहीं ना पड़ सकदा मियां ਐਵੇਂ ਹੀ ਹੈਗਾ ਬਾਕੀ ਮਾਸ਼ਾਅੱਲਾ ਬਹੁਤ ਖੂਬਸੂਰਤ ਸੈਟਿੰਗ ਹੋ ਗਈ ਦੁਕਾਨ ਦੀ ਬਾਹਰ ਆਏ ਸਮਾਨ ਵਗੈਰਾ ਨਹੀਂ ਕੱਢਿਆ ਕਿਉਂਕਿ ਹੁਣ ਫਿਰ ਅਸੀਂ ਅੱਗੇ ਸਾਹੀਵਾਲ ਸ਼ਹਿਰ ਵੀ ਜਾਣਾ ਹੈਗਾ ਕੀ ਕੰਮ ਜਾਣਾ ਅਗਲੇ ਵਲਾਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਹਿਲਾਂ ਜੀ ਆਪਣਾ ਇਹ ਵਲਾਗ ਹੁੰਦਾ ਖਤਮ ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰ ਲੈਣਾ ਅੱਗੇ ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ ਓਕੇ ਥੈਂਕਸ ਫੋਰ ਵਾਚਿੰਗ ਐਂਡ ਅੱਲਾ ਹਾਫਿਜ਼